ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਪੂਰਨ ਦੇਖਿਓ ਆਤਮਾ ਦਵੈਤੇ ਸਰਬ ਨਿਵਾਰ ਭਏ ਸ਼ਾਂਤ ਮਨ ਸੰਤ ਜੇਹੇ ਤਿਨ ਪਗ ਨਮੋ ਹਮਾਰ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਜੁਗੋ ਜੁਗ ਅਟਲ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਨਗਰ ਮੁੰਡਾ ਪਿੰਡ ਵਿਖੇ ਮਹਾਨ ਪਰਉਪਕਾਰੀ ਪਵਿੱਤਰ ਆਤਮਾ ਔਰ ਬੜੀ ਹੀ ਨਿਰਮਲ ਆਤਮਾ ਬਹੁਤ ਹੀ ਸਨਮਾਨਯੋਗ ਜਥੇਦਾਰ ਸੰਤ ਬਾਬਾ ਅਮਰਜੀਤ ਸਿੰਘ ਜੀ ਮੁੰਡੇ ਪਿੰਡ ਵਾਲੇ ਆਪ ਉਹਨਾਂ ਮਹਾਂਪੁਰਖਾਂ ਦੇ ਸਾਲਾਨਾ ਜੋੜ ਮੇਲੇ ਸਮਾਗਮਾਂ ਉੱਤੇ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਭਾਈ ਕਰਨੈਲ ਸਿੰਘ ਜੀ ਰਣੀ ਕੇ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਦੀ ਰਸਨਾ ਤੋਂ ਬਹੁਤ ਹੀ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਟੇਜ ਉੱਤੇ ਸਾਡੇ ਬਹੁਤ ਹੀ ਅਤਿ ਸਨਮਾਨਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਾਲੇ ਅਤੇ ਹੋਰ ਧਾਰਮਿਕ ਸ਼ਖਸੀਅਤਾਂ ਸੰਤ ਮਹਾਂਪੁਰਖ ਕਥਾਵਾਚਕ ਰਾਡੀ ਰਾਗੀ ਢਾਡੀ ਪ੍ਰਚਾਰਕ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰ ਰਹੇ ਹਨ। ਸਤ ਸੰਗਤ ਜੀ ਸੰਤ ਬਾਬਾ ਅਮਰਜੀਤ ਸਿੰਘ ਜੀ ਦਾ ਉਸ ਕੁੱਲ ਵਿੱਚ ਜਨਮ ਹੋਇਆ ਜਿਸ ਕੁੱਲ ਬਾਬਤ ਗੁਰਬਾਣੀ ਦਾ ਫੁਰਮਾਨ ਹੈ ਧੰਨ ਸੋ ਵੰਸ਼ ਧੰਨ ਸੋ ਮਾਤਾ ਧੰਨ ਸੋ ਪਿਤਾ ਜਿਨ ਜਨ ਜਣੇ ਜਿਨ ਸਾਸ ਗ੍ਰਾਸ ਤੇ ਆਇਆ ਮੇਰਾ ਹਰ ਹਰ
ਸੇ ਸਾਚੀ ਦਰਗਹਿ ਹਰ ਜਨ ਬਣੇ। ਉਹ ਮਾਂ ਵੀ ਧੰਨਤਾ ਦੇ ਯੋਗ ਹੈ, ਉਹ ਪਿਤਾ ਵੀ ਪੂਜਨੀਕ ਹੈ, ਉਹ ਕੁੱਲ ਵੀ ਧੰਨਤਾ ਦੇ ਯੋਗ ਹੈ ਜਿਸ ਕੁੱਲ ਵਿੱਚ ਐਸੀਆਂ ਮਹਾਨ ਆਤਮਾਵਾਂ ਜਨਮ ਲੈਂਦੀਆਂ ਹਨ। ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਨੰਨ ਪਿਆਰੇ ਸ਼ੂਰਬੀਰ ਮਹਾਂਬਲੀ ਯੋਧੇ ਮਹਾਂਪੁਰਖ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਵਿਧੀ ਚੰਦ ਸਾਹਿਬ ਜੀ, ਜਿਨ੍ਹਾਂ ਦੇ ਨਾਮ ਨੂੰ ਸਾਰਾ ਸੰਸਾਰ ਭਲੀ ਭਾਂਤ ਜਾਣਦਾ ਹੈ, ਜਿਨ੍ਹਾਂ ਨੇ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਅਪਾਰ ਅਤੇ ਅਥਾਹ ਖੁਸ਼ੀਆਂ ਪ੍ਰਾਪਤ ਕੀਤੀਆਂ। ਭਾਵੇਂ ਕਿ ਬਾਬਾ ਵਿਧੀ ਚੰਦ ਸਾਹਿਬ ਜੀ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਜਦੋਂ ਭਾਈ ਅਦਲੀ ਜੀ ਉਹਨਾਂ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਕੇ ਆਏ, ਉਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰਾਂ ਤੋਂ ਸਿੱਖੀ ਦਾ ਦਾਨ ਪ੍ਰਾਪਤ ਕੀਤਾ ਔਰ ਆਪ ਜੀ ਨੇ ਬਹੁਤ ਵੱਡੀਆਂ ਘਾਲਣਾਂ ਘਾਲੀਆਂ। 7 ਜੂਨ ਨੂੰ ਡੇਢ ਸੌ ਦੀ 4 ਨੂੰ ਜਦੋਂ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਪਾਂ ਸ਼ਹੀਦੀ ਗੁਰਪੁਰਬ ਮਨਾਉਣ ਜਾ ਰਹੇ ਹਾਂ, ਜਦੋਂ ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦ ਹੋਣ ਵਾਸਤੇ ਲਾਹੌਰ ਵਿਖੇ ਗਏ ਹੈ, ਉਹਨਾਂ 5 ਗੁਰਸਿੱਖਾਂ ਵਿੱਚ ਭਾਈ ਪੈੜਾ, ਭਾਈ ਲੰਗਾਹਾ, ਭਾਈ ਪ੍ਰਾਣਾ ਔਰ ਬਾਬਾ ਵਿਧੀ ਚੰਦ ਜੀ ਅਤੇ ਭਾਈ ਜੇਠਾ ਜੀ, ਇਹ 5 ਗੁਰਸਿੱਖ ਸਨ ਜਦੋਂ ਸਤਿਗੁਰੂ ਜੀ ਨੇ ਸ਼ਹੀਦੀ ਦਿੱਤੀ ਹੈ ਔਰ ਅਖੀਰਲੇ ਸਮੇਂ ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕਰਾਉਣ ਵਾਸਤੇ ਜਦੋਂ ਸਤਿਗੁਰੂ ਜੀ ਨੂੰ ਲੈ ਕੇ ਗਏ, ਉਦੋਂ ਇੱਕ ਮੋਢੇ ਤੋਂ ਸਤਿਗੁਰੂ ਜੀ ਨੂੰ ਸਹਾਰਾ ਦੇਣ ਵਾਸਤੇ ਭਾਈ ਜੇਠਾ ਜੀ ਨੇ ਆਪਣਾ ਸਹਾਰਾ ਦਿੱਤਾ, ਦੂਸਰੇ ਮੋਢੇ ਨੂੰ ਧੰਨ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਸਤਿਗੁਰਾਂ ਨੂੰ ਸਹਾਰਾ ਦਿੱਤਾ, ਕਿਉਂਕਿ ਚਰਨਾਂ ਵਿੱਚ ਛਾਲੇ ਪਏ ਹੋਏ ਸਨ, ਸਾਰਾ ਸਰੀਰ ਫਲੂਹਿਆਂ ਨਾਲ ਭਰਿਆ ਪਿਆ ਸੀ। ਤੱਤੀ ਲੋਹ 'ਤੇ ਬਿਠਾ ਕੇ ਸਤਿਗੁਰੂ ਮਹਾਰਾਜ ਜੀ ਦੇ ਤੱਤਾ ਰੇਤਾ ਪਾ ਪਾ ਕੇ ਚੰਦੂ ਜ਼ਾਲਮ ਨੇ, ਸਮੇਂ ਦੇ ਪਾਪੀਆਂ ਨੇ ਬੜਾ ਹੀ ਕਹਿਰ ਕਮਾਇਆ। ਇਸ ਕਰਕੇ ਜਦੋਂ ਸਤਿਗੁਰੂ ਜੀ ਦੀ ਸ਼ਹਾਦਤ ਹੁੰਦੀ ਹੈ, ਉਦੋਂ 5 ਗੁਰਸਿੱਖਾਂ ਵਿੱਚੋਂ 1 ਗੁਰਸਿੱਖ ਤਾਂ ਸਿੱਖ ਸਨ, ਧੰਨ ਬਾਬਾ ਵਿਧੀ ਚੰਦ ਸਾਹਿਬ ਜੀ ਆਪ ਨਾਲ ਸਨ। ਉਹਨਾਂ ਨੇ ਆਪ ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਆਪਣੇ ਅੱਖੀ ਵੇਖੀ ਹੈ। ਸਾਰਾ ਬਿਰਤਾਂਤ ਭਾਈ ਵਿਧੀ ਚੰਦ ਜੀ ਨੇ ਆ ਕੇ 6ਵੇਂ ਪਾਤਸ਼ਾਹ ਜੀ ਨੂੰ ਸੁਣਾਇਆ ਸੀ ਔਰ 6ਵੇਂ ਸਤਿਗੁਰਾਂ ਦੇ ਨਾਲ ਬਹੁਤ ਵੱਡੀਆਂ ਕੁਰਬਾਨੀਆਂ ਅਤੇ ਸੇਵਾਵਾਂ ਅਤੇ ਘਾਲਣਾ ਘਾਲੀਆਂ ਔਰ 6ਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ, ਵਿਧੀ ਚੰਦ ਸੀਨਾ ਗੁਰੂ ਕਾ ਸੀਨਾ,
हे भाई बिधि चंद तू साडा हिरदा है गुर इतिहास विच यह वरदान केवल बाबा बिधि चंद जी नूं प्राप्त है जिन्हां नूं सतगुरां ने अपने हिरदे विच थां दे के अपना हिरदा ही मन्निया कि साडा सीना है साडा हिरदा है। ऐसी महान पवित्र कुल ਕੁਰਬਾਨੀ ਵਾਲਿਆਂ ਦੀ ਕੁੱਲ, ਯੋਧਿਆਂ ਦੀ ਕੁੱਲ, ਸ਼ੂਰ ਵੀਰਾਂ ਦੀ ਕੁੱਲ, ਧਰਮਾਤਮਾ ਦੀ ਕੁੱਲ, ਮਹਾਂਪੁਰਖਾਂ ਦੀ ਕੁੱਲ, ਉਸ ਕੁੱਲ ਵਿੱਚ ਉਸ ਵੰਸ਼ ਵਿੱਚ ਬਾਬਾ ਅਮਰਜੀਤ ਸਿੰਘ ਜੀ ਦਾ ਜਨਮ ਹੋਇਆ। ਔਰ ਸਾਧ ਸੰਗਤ ਜੀ ਜਦੋਂ ਤੋਂ ਸੁਰਤ ਸੰਭਾਲੀ ਉਸ ਸਮੇਂ ਤੋਂ ਲੈ ਕੇ ਬਾਬਾ ਜੀ ਨੇ, ਬਾਬਾ ਅਮਰਜੀਤ ਸਿੰਘ ਜੀ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ। ਆਪ ਜੀ ਬੜੇ ਪਰਉਪਕਾਰੀ ਜਿਉੜੇ ਸਨ ਔਰ ਬੜੇ ਸ਼ੂਰਵੀਰ ਯੋਧੇ ਵੀ ਨਿਰਭੈ ਮਹਾਂਪੁਰਖ ਸਨ। ਸਾਧ ਸੰਗਤ ਜੀ 20 ਸਤੰਬਰ 1981 ਨੂੰ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਜਦੋਂ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਗ੍ਰਿਫਤਾਰੀ ਹੋਈ ਉਦੋਂ ਸਾਧ ਸੰਗਤ ਜੀ ਲੋਕਾਂ ਦੇ ਵਿੱਚ ਸਮੇਂ ਦੀ ਸਰਕਾਰ ਨੇ ਬੜਾ ਡਰ ਅਤੇ ਭੈ ਦਾ ਮਾਹੌਲ ਪੈਦਾ ਕੀਤਾ ਹੋਇਆ ਸੀ। ਸਤਿਕਾਰਯੋਗ ਬਾਬਾ ਲੱਖਾ ਸਿੰਘ ਜੀ ਰਾਮ ਥੰਮਣ ਵਾਲੇ ਬਜ਼ੁਰਗ ਜੋ ਵੱਡੇ ਸੰਤਾਂ ਤੋਂ ਲੈ ਕੇ ਅੱਜ ਤੱਕ ਜਥੇਬੰਦੀ ਵਿੱਚ ਸੇਵਾ ਕਰ ਰਹੇ ਉਹਨਾਂ ਨੇ ਮੈਨੂੰ ਬਚਨ ਸੁਣਾਇਆ। ਕਹਿੰਦੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਸਾਡੀ ਡਿਊਟੀ ਲਾਈ ਕਿ ਤੁਸੀਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਜਾ ਕੇ ਸੰਗਤਾਂ ਨੂੰ ਪ੍ਰੇਰਨਾ ਦਿਓ ਕਿ 20 ਸਤੰਬਰ ਨੂੰ ਸੰਗਤਾਂ ਮਹਿਤੇ ਵਿਖੇ ਪਹੁੰਚਣ। ਕਹਿੰਦੇ ਜਿਹੜੇ ਪਿੰਡ ਵਿੱਚ ਜਾ ਕੇ ਅਸੀਂ ਸੰਗਤ ਨੂੰ ਬੇਨਤੀ ਕਰਿਆ ਕਰੀਏ ਕੋਈ ਸਾਡੀ ਗੱਲ ਨਾ ਸੁਣਿਆ ਕਰੇ, ਬੜਾ ਮੱਠਾ ਹੁੰਗਾਰਾ ਭਰਿਆ ਕਰਨ ਲੋਕ। ਕਹਿੰਦੇ ਅਸੀਂ 5-7 ਸਿੰਘ ਕਈ ਦਿਨਾਂ ਬਾਅਦ ਬੜੇ ਉਦਾਸ ਨਿੰਮੋ ਝੂਣੇ ਜੇ ਹੋ ਕੇ ਸੰਤਾਂ ਪਾਸ ਆਏ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਪੁੱਛਿਆ, ਭਾਈ ਕਿੰਨੀ ਕੁ ਸੰਗਤ ਲਿਆਉਣ ਦਾ ਇੰਤਜ਼ਾਮ ਹੈ, ਪ੍ਰਬੰਧ ਹੈ? ਕਹਿੰਦੇ ਅਸੀਂ ਆਖਿਆ ਜੀ ਸੰਗਤਾਂ ਕੋਈ ਬਹੁਤਾ ਚੰਗਾ ਹੁੰਗਾਰਾ ਨਹੀਂ ਭਰ ਰਹੀਆਂ, ਪਿੰਡਾਂ ਦੇ ਵਿੱਚੋਂ ਕੋਈ ਬਹੁਤਾ ਸੰਗਤਾਂ ਨੇ ਸਾਨੂੰ ਵਿਸ਼ਵਾਸ ਅਤੇ ਯਕੀਨ ਨਹੀਂ ਦਵਾਇਆ, ਲੋਕ ਬੜੇ ਡਰੇ ਹੋਏ ਆ, ਬੜੇ ਭੈਭੀਤ ਹਨ, ਹਕੂਮਤਾਂ ਹਮੇਸ਼ਾ ਗਲਤ ਪ੍ਰਾਪੇ ਕੰਡਾ ਕਰਦੀਆਂ ਆਈਆਂ ਹਨ। ਅੱਜ ਤੋਂ ਨਹੀਂ, ਜਦੋਂ ਤੋਂ ਗੁਰੂ ਘਰ ਨੇ ਸਿੱਖ ਪੰਥ ਦੀ ਹੋਂਦ ਇਸ ਸੰਸਾਰ ਵਿੱਚ ਪ੍ਰਗਟ ਕੀਤੀ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਹਕੂਮਤਾਂ ਨੇ ਹਮੇਸ਼ਾ ਗੁਰੂ ਘਰ ਦੇ ਉਲਟੀ ਤਰ੍ਹਾਂ ਤਰ੍ਹਾਂ ਦੇ ਹੋਛੇ ਹੱਥ ਕੰਡੇ ਅਪਣਾਏ, ਬੜਾ ਗਲਤ ਪ੍ਰਚਾਰ ਕੀਤਾ ਹੋਇਆ ਸੀ, ਲੋਕ ਡਰੇ ਹੋਏ ਸਨ। ਉਸੇ ਮੁਤਾਬਕ ਕਹਿੰਦੇ ਸੰਤਾਂ ਨੂੰ ਅਸੀਂ ਬੇਨਤੀ ਕਰ ਦਿੱਤੀ, ਧਿਆਨ ਨਾਲ ਬਚਨ ਸੁਣਿਓ ਸੰਗਤ ਜੀ। ਸੰਤ ਕਹਿੰਦੇ ਵਿਦਿਆਲੇ ਦੀ ਛੱਤ 'ਤੇ ਬੈਠੇ ਸਨ, ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਗਰਮੀ ਦੇ ਦਿਨ ਸਨ, ਸਿੰਘ ਪੱਖਾ ਝੱਲਦਾ ਸੀ, ਪੱਖਾ ਝੱਲਣ ਵਾਲੇ ਸਿੰਘ ਨੂੰ ਕਹਿਣ ਲੱਗੇ, ਜਾ ਸਕੰਜਵੀ ਬਣਾ ਕੇ ਲਿਆ, ਸਿੰਘਾਂ ਨੂੰ ਜਲ ਛਕਾਈਏ। ਸਾਧ ਸੰਗਤ ਜੀ ਸਕੰਜਵੀ ਲਿਆਂਦੀ ਗਈ, ਜਲ ਛਕਾਇਆ,
ਹੱਥ ਪਵਿੱਤਰ ਕਰਾਏ। ਕਹਿੰਦੇ ਅਸੀਂ ਨੀਵੀਆਂ ਜੀਆਂ ਪਾ ਕੇ ਬੈਠੇ ਹੋਏ ਸਾਂ। ਸੰਤ ਨਾਮ ਮੁਸਕਰਾ ਕੇ ਕਹਿਣ ਲੱਗੇ, ਚਿਹਰੇ 'ਤੇ ਨੂਰੋ ਨੂਰ ਜਾਹੋ ਜਲਾਲ, ਕਹਿਣ ਲੱਗੇ ਲੱਖਾ ਸਿੰਘ ਆ ਲੈਣ ਦੇ 20 ਸਤੰਬਰ ਨੂੰ, ਜਿਹਦੇ ਹੱਥ ਵਿੱਚ ਦਾਤਰੀ ਫੜੀ ਹੋਈ ਉਹ ਦਾਤਰੀ ਲੈ ਕੇ ਇੱਧਰ ਨੂੰ ਤੁਰ ਪਵੇਗਾ, ਜਿਹਦੇ ਹੱਥ ਵਿੱਚ ਰੰਬਾ ਹੋਇਆ ਉਹ ਰੰਬਾ ਲੈ ਕੇ ਤੁਰ ਪਵੇਗਾ। ਦੁਨੀਆ ਜਿੱਥੇ ਜਿੱਥੇ ਵੀ ਹੋਈ ਉੱਥੋਂ ਹੀ ਬਹੀਰਾਂ ਘੱਤ ਕੇ ਮਹਿਤੇ ਨੂੰ ਦੁਨੀਆ ਤੁਰੇਗੀ। ਔਰ ਵੇਖੀ ਇੱਥੇ ਜਿੱਥੇ ਜਿੱਥੇ ਤੱਕ ਦੁਨੀਆ ਦੀ ਨਿਗਾਹ ਜਾਏਗੀ ਨਾ, ਸੰਗਤਾਂ ਦਾ ਇਕੱਠ ਇੰਨਾ ਜ਼ਿਆਦਾ ਹੋ ਜਾਏਗਾ ਨਾ, ਕਹਿੰਦੇ ਮੀਲਾਂ ਦੇ ਵਿੱਚ ਨਹੀਂ ਤੁਹਾਡੇ ਕੋਲੋਂ ਸੰਗਤ ਸੰਭਾਲੀ ਜਾਣੀ, ਉਦਾਸ ਹੋਣ ਦੀ ਲੋੜ ਨਹੀਂ। ਸਤ ਸੰਗਤ ਜੀ, ਸਤਪੁਰਸ਼ਾਂ ਦੇ ਬਚਨ ਅਟੱਲ ਹੋਇਆ ਕਰਦੇ ਹੈ। ਸਤਪੁਰਸ਼ਾਂ ਪੁਰਸ਼ਾਂ ਦੀ ਰਸਨਾ ਦੇ ਵਿੱਚ ਇਹ ਬਰਕਤ ਹੁੰਦੀ ਹੈ, ਸ਼ਕਤੀ ਹੁੰਦੀ ਹੈ, ਹੋਇਆ ਵੀ ਉਵੇਂ ਹੀ। ਬਾਬਾ ਲੱਖਾ ਸਿੰਘ ਜੀ ਕਹਿੰਦੇ ਅਸੀਂ ਅੱਖੀ ਵੇਖਿਆ ਲੋਕ ਪੱਠੇ ਵੱਢਦੇ ਛੱਡ ਕੇ ਮਹਿਤੇ ਨੂੰ ਤੁਰੇ ਆਉਂਦੇ, ਵਹੀਰਾਂ ਘੱਤ ਕੇ ਗੋਡੀ ਕਰਦੇ ਕਮਾਦ ਦੀ, ਇਹਨਾਂ ਦਿਨਾਂ ਦੇ ਵਿੱਚ ਲੋਕ ਵਿੱਚੇ ਛੱਡ ਕੇ ਆਪਣੇ ਘਰ ਦੇ ਕੰਮ ਧੰਦੇ ਮਹਿਤੇ ਨੂੰ ਤੁਰੇ ਆ ਰਹੇ ਸਨ, ਵਹੀਰਾਂ ਘੱਤ ਘੱਤ ਕੇ। ਲੱਖਾਂ ਦਾ ਹੀ ਇਕੱਠ ਉਸ ਦਿਨ ਹੋਇਆ। ਮੈਂ ਉਹ ਜ਼ਿਕਰ ਤਾਂ ਕਰ ਰਿਹਾ ਕਿ ਉਸ ਸਮੇਂ ਵਿਰਲੇ ਸਿੰਘ ਸਨ ਜਿਹੜੇ ਮਹਾਂਪੁਰਖਾਂ ਦਾ ਸਾਥ ਦੇ ਰਹੇ ਸਨ। ਉਦੋਂ ਧੰਨ ਬਾਬਾ ਅਮਰਜੀਤ ਸਿੰਘ ਜੀ ਇਸ ਇਲਾਕੇ ਵਿੱਚੋਂ ਟਰੈਕਟਰਾਂ ਟਰਾਲੀਆਂ ਦਾ ਕਾਫਲਾ ਲੈ ਕੇ ਗਏ ਸੰਤਾਂ ਦੀ ਗ੍ਰਿਫਤਾਰੀ ਵੇਲੇ। ਸੋ ਸਾਧ ਸੰਗਤ ਜੀ, ਉਹ ਬੜੇ ਪਰਉਪਕਾਰੀ ਨਿਰਭੈ ਮਹਾਂਪੁਰਖ ਸਨ, ਬੜਾ ਨਿਸ਼ਕਪਟ ਉਹਨਾਂ ਦਾ ਜੀਵਨ ਸੀ। ਔਰ ਸਾਧ ਸੰਗਤ ਜੀ ਹਮੇਸ਼ਾ ਉਹਨਾਂ ਨੇ ਹਰ ਦੁਖੀ ਵਿਅਕਤੀ ਦੀ ਫਰਿਆਦ ਸੁਣੀ, ਦੁਖੀ ਵਿਅਕਤੀ ਨੂੰ ਆਪਣੇ ਗਲ ਨਾਲ ਲਾਇਆ। ਕਿਸੇ ਮਹਾਤਮਾ ਦੇ ਜੀਵਨ ਵਿੱਚ ਬੜੀ ਸੁੰਦਰ ਗਾਥਾ ਆਉਂਦੀ ਹੈ। ਕਹਿੰਦੇ ਉਹਨਾਂ ਦਾ ਇੱਕ ਸ਼ੇਸ਼ ਬੜਾ ਤਪੱਸਵੀ ਔਰ ਬੜਾ ਗਿਆਨਵਾਨ, ਬੜੀ ਵਿੱਦਿਆ ਪੜ੍ਹੀ ਉਸਨੇ ਉਹਨਾਂ ਦੇ ਪਾਸ ਰਹਿ ਕੇ। ਇੱਕ ਦਿਨ ਕਹਿੰਦੇ ਉਹ ਆਪਣੇ ਜੋ ਮਹਾਤਮਾ ਸਨ ਜਿਨ੍ਹਾਂ ਨੂੰ ਗੁਰਦੇਵ ਕਰਕੇ ਮੰਨਦਾ ਸੀ, ਸ਼ੇਸ਼ ਆਇਆ, ਚੇਲਾ ਆਇਆ, ਕਹਿਣ ਲੱਗਾ ਮਹਾਂਪੁਰਖੋ ਮੇਰੀ ਇੱਛਾ ਹੈ ਮੈਂ ਤਪੱਸਿਆ ਹੋਰ ਕਰਾਂ, ਤਪੱਸਿਆ ਵਿੱਚ ਬੜਾ ਆਨੰਦ ਹੈ, ਮੇਰੇ ਮਨ ਦੀ ਇੱਛਾ ਪੂਰੀ ਨਹੀਂ ਹੋਈ, ਮੇਰਾ ਦਿਲ ਨਹੀਂ ਭਰਿਆ ਤਪ ਕਰਕੇ, ਮੈਨੂੰ ਤੁਸੀਂ ਤਪੱਸਿਆ ਕਰਨ ਦੀ ਆਗਿਆ ਦਿਓ ਔਰ ਮੈਨੂੰ ਦੱਸੋ ਮੈਂ ਕਿਵੇਂ ਤਪੱਸਿਆ ਕਰਾਂ। ਮਹਾਂਪੁਰਖ ਕਹਿਣ ਲੱਗੇ ਭਾਈ, ਜਿਹੜੇ ਵਿੱਦਿਆ ਦਾਤੇ ਸਿੱਖਿਆ ਦਾਤੇ ਹੁੰਦੇ ਹੈ, ਜਾਂ ਤਾਂ ਉਹਨਾਂ ਕੋਲੋਂ ਸਿੱਖਿਆ ਆ ਕੇ ਲਈ ਦੀ ਹੈ, ਪੁੱਛ ਕੇ ਬੇਨਤੀ ਕਰੀ ਦੀ ਹੈ ਵੀ ਸਾਨੂੰ ਹੁਕਮ ਕਰੋ। ਜੇ ਤੂੰ ਫੈਸਲਾ ਹੀ ਕਰ ਲਿਆ ਵੀ ਮੈਂ ਤਪ ਕਰਨਾ ਮੇਰੀ ਇੱਛਾ, ਫਿਰ ਸਾਡੇ ਕੋਲੋਂ ਕਿਉਂ ਪੁੱਛਦਾ, ਤੇਰੇ ਫੈਸਲੇ ਉੱਤੇ ਮੈਂ ਕੋਈ ਵੀ ਆਪਣੀ ਰਾਏ ਨਹੀਂ ਦੇ ਸਕਦਾ। ਜਦੋਂ ਤੂੰ ਫੈਸਲਾ ਹੀ ਲੈ ਲਿਆ ਤਪ ਕਰਨ ਦਾ, ਫਿਰ ਮੈਂ ਤੈਨੂੰ ਕੀ ਆਖ ਸਕਦਾ।
ਸ਼ੇਸ਼ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ, ਆਖਣ ਲੱਗਾ ਜੀ ਮੈਂ ਭੁੱਲ ਗਿਆ, ਮੈਨੂੰ ਪਹਿਲਾਂ ਤੁਹਾਨੂੰ ਬੇਨਤੀ ਕਰਨੀ ਚਾਹੀਦੀ ਸੀ ਵੀ ਮੈਂ ਕਿਹੜਾ ਮਾਰਗ ਚੁਣਾ, ਤੁਸੀਂ ਮੇਰੀ ਅਗਵਾਈ ਕਰਦੇ, ਮੇਰੇ ਤੋਂ ਵਾਕਈ ਭੁੱਲ ਹੋਈ ਹੈ, ਕਿਰਪਾ ਕਰੋ ਮੈਨੂੰ ਦੱਸੋ ਕਿਹੜਾ ਮਾਰਗ ਚੁਣਾ, ਕਿਹੜਾ ਮੇਰੇ ਲਈ ਸਹੀ ਹੈ। ਉਹ ਮਹਾਤਮਾ ਕਹਿਣ ਲੱਗੇ ਤਪ ਦਾ ਤਪੱਸਿਆ ਦਾ ਐਡਾ ਵੱਡਾ ਲਾਭ ਨਹੀਂ ਜਿੰਨਾ ਵੱਡਾ ਲਾਭ ਦੁਖੀਆਂ ਦੀ ਲੋੜਵੰਦਾਂ ਦੀ ਸੇਵਾ ਕਰਨ ਦਾ ਹੈ। ਕਹਿਣ ਲੱਗੇ ਤੂੰ ਦੁਖੀਆਂ ਦੀ ਲੋੜਵੰਦਾਂ ਦੀ ਸੇਵਾ ਕਰਿਆ ਕਰ, ਤੈਨੂੰ ਤਪੱਸਿਆ ਨਾਲੋਂ ਹਜ਼ਾਰਾਂ ਗੁਣਾ ਵੱਧ ਫਲ ਜ਼ਿੰਦਗੀ ਵਿੱਚ ਮਿਲੇਗਾ, ਹਜ਼ਾਰਾਂ ਗੁਣਾ ਵੱਧ। ਕਿਸੇ ਦੁਖੀ ਦੀ ਅਸੀਸ ਲੈ ਲਵੇਂਗਾ ਨਾ, ਤਪੱਸਿਆ ਵਿੱਚੋਂ ਓਡੀ ਵੱਡੀ ਅਸੀਸ ਨਹੀਂ, ਤੈਨੂੰ ਉਨੀ ਸ਼ਕਤੀ ਨਹੀਂ ਪ੍ਰਾਪਤ ਹੋਣੀ ਜਿੰਨੀ ਕਿਸੇ ਦੁਖੀ ਦੀ ਸੇਵਾ ਕਰਕੇ ਤੈਨੂੰ ਫਲ ਮਿਲੇਗਾ। ਔਰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਤੈਨੂੰ ਕਿਰਪਾ ਕਰਕੇ ਨਵਾਜੇਗਾ। ਗੁਰਬਾਣੀ ਦਾ ਫੁਰਮਾਨ ਹੈ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਸੰਤ ਬਾਬਾ ਅਮਰਜੀਤ ਸਿੰਘ ਜੀ ਦੁਖੀਆਂ ਨੂੰ ਗਲ ਲਾਉਣ ਵਾਲੇ ਮਹਾਂਪੁਰਖ ਸਨ, ਲੋੜਵੰਦਾਂ ਦੀ ਸੇਵਾ ਕਰਨ ਵਾਲੇ ਸਨ। ਜੋ ਕੁਝ ਵੀ ਉਹਨਾਂ ਦੇ ਕੋਲੇ ਹੋਣਾ, ਕੋਈ ਲੋੜਵੰਦ ਆ ਗਿਆ, ਮੈਂ ਅੱਖੀਂ ਕਈ ਵਾਰੀ ਵੇਖਿਆ ਉਹਨਾਂ ਨੂੰ ਇਸ ਤਰ੍ਹਾਂ, ਜੋ ਉਹਨਾਂ ਦੀ ਜੇਬ ਵਿੱਚ ਪੈਸੇ ਹੋਣੇ ਕਿਸੇ ਨੇ ਮੰਗ ਲਏ, ਇੱਕ ਰੁਪਈਆ ਵੀ ਬਚਾ ਕੇ ਨਹੀਂ ਰੱਖਣਾ, ਉਦੋਂ ਹੀ ਅਗਲੇ ਦੀ ਝੋਲੀ ਵਿੱਚ ਪਾ ਦੇਣਾ। ਜੇ ਕਿਸੇ ਨੇ ਅੰਨ ਦਾਣਾ ਮੰਗ ਲਿਆ, ਜੋ ਕੋਲੇ ਆ ਉਹ ਹੀ ਅਗਲੇ ਨੂੰ ਸੌਂਪ ਦਿੱਤਾ, ਦੇ ਦਿੱਤਾ। ਇਹੋ ਜਿਹੇ ਉਹ ਪਰਉਪਕਾਰੀ ਮਹਾਤਮਾ ਸਨ, ਬੜੀ ਵੱਡੀ ਉਹਨਾਂ ਨੇ ਘਾਲਣਾ ਘਾਲੀ। ਔਰ ਸਾਧ ਸੰਗਤ ਜੀ, ਉਹਨਾਂ ਨਾਲ ਰਹਿਣ ਵਾਲੇ ਸਿੰਘ ਵੀ ਬੜੇ ਸ਼ੂਰਵੀਰ ਯੋਧੇ ਸਨ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਮਿਲਣ ਗਏ, ਸ੍ਰੀ ਗੁਰੂ ਨਾਨਕ ਨਿਵਾਸ ਸ੍ਰੀ ਅੰਮ੍ਰਿਤਸਰ ਸਾਹਿਬ ਮੋਰਚਾ ਚੱਲਦਾ ਸੀ, ਸੰਤਾਂ ਨੂੰ ਫਤਿਹ ਬੁਲਾਈ, ਸੰਤ ਬਹੁਤ ਸਤਿਕਾਰ ਅਤੇ ਪਿਆਰ ਦਿਆ ਕਰਦੇ। ਸੰਤਾਂ ਨੇ ਪੁੱਛਿਆ ਬਾਬਾ ਜੀ ਕੀ ਹੁਕਮ ਹੈ, ਕਹਿਣ ਲੱਗੇ ਮਹਾਰਾਜ ਮੈਂ ਕੁਝ ਸਿੰਘ ਨਾਲ ਲੈ ਕੇ ਆਇਆ ਅਤੇ ਸਾਨੂੰ ਇਉਂ ਲੱਗਦਾ ਤੁਹਾਨੂੰ ਹੁਣ ਯੋਧਿਆਂ ਦੀ, ਸ਼ਸਤਰਧਾਰੀ ਸੂਰਮਿਆਂ ਦੀ ਬੜੀ ਭਾਰੀ ਲੋੜ ਹੈ, ਔਰ ਸ਼ਹੀਦੀਆਂ ਦੇਣ ਦਾ ਸਮਾਂ ਨੇੜੇ ਆ ਰਿਹਾ ਲੱਗਦਾ, ਮੈਂ ਹਾਜ਼ਰ ਹੋਇਆ ਕੁਝ ਸਿੰਘ ਨਾਲ ਲੈ ਕੇ, ਮੈਨੂੰ ਵੀ ਸੇਵਾ ਬਖਸ਼ਿਸ਼ ਕਰੋ ਅਤੇ ਮੇਰੇ ਨਾਲ ਦੇ ਸਿੰਘਾਂ ਨੂੰ ਵੀ ਸੇਵਾ ਦਿਓ, ਅਸੀਂ ਤੁਹਾਡੇ ਕੋਲ ਰਹਿ ਕੇ ਸੇਵਾ ਕਰਨੀ ਹੈ। ਮਹਾਂਪੁਰਖ ਬਾਬਾ ਅਮਰਜੀਤ ਸਿੰਘ ਜੀ ਨੂੰ ਘੁੱਟ ਕੇ ਗਲਵੱਕੜੀ ਵਿੱਚ ਨਾਲ ਲੈ ਆਪਣੇ ਸੀਨੇ ਨਾਲ ਲਾ ਕੇ ਆਖਣ ਲੱਗੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਕਹਿਣ ਲੱਗੇ ਬਾਬਾ ਜੀ ਤੁਸੀਂ ਸਾਡੇ ਤੋਂ ਕਦੇ ਦੂਰ ਹੈ ਹੀ ਨਹੀਂ, 24 ਘੰਟੇ ਤੁਸੀਂ ਸਾਡੀ ਸੇਵਾ ਵਿੱਚ ਹੀ ਲੱਗੇ ਰਹਿੰਦੇ ਹੋ, ਇਸ ਕਰਕੇ ਤੁਸੀਂ ਸਾਡੇ ਤੋਂ ਕੋਈ ਦੂਰ ਨਹੀਂ, ਹਮੇਸ਼ਾ ਤੁਸੀਂ ਸਾਡੇ ਨਾਲ ਹੋ, ਇਸ ਕਰਕੇ ਤੁਸੀਂ ਨਗਰ ਵਿੱਚ ਰਹਿ ਕੇ ਹੀ ਸੇਵਾ ਕਰੋ, ਉੱਥੋਂ ਬੈਠਿਆਂ ਹੀ ਤੁਹਾਡੀ ਸੇਵਾ ਪ੍ਰਵਾਨ ਹੈ, ਔਰ ਆਉਣ ਵਾਲੇ ਸਮੇਂ ਵਿੱਚ ਅਜੇ ਤੁਸੀਂ ਬਹੁਤ ਵੱਡੀਆਂ ਸੇਵਾਵਾਂ ਕਰਨੀਆਂ, ਸਾਡੀ ਤੁਹਾਡੇ ਉੱਤੇ ਬੜੀ ਖੁਸ਼ੀ ਹੈ।
ਫਿਰ ਬਾਬਾ ਜੀ ਕਹਿਣ ਲੱਗੇ, ਮਹਾਂਪੁਰਖੋ ਮੈਂ ਕੁਝ ਸਿੰਘ ਲਿਆਇਆ ਤਿਆਰ ਕਰਕੇ ਪੂਰੇ। ਇਹ ਸ਼ਸਤਰਧਾਰੀ ਸੂਰਮੇ ਵੀ ਹੈ, ਬੜੇ ਯੋਧੇ ਵੀ ਹੈ। ਸਾਧ ਸੰਗਤ ਜੀ ਆਪਣੇ ਨਾਲ ਦੇ 7 ਸਿੰਘ ਮਹਾਂਪੁਰਖਾਂ ਕੋਲ ਛੱਡ ਕੇ ਆਏ, 7 ਸਿੰਘ ਜਿਨ੍ਹਾਂ ਨੇ ਆਹ ਘੱਲੂਘਾਰੇ ਦੇ ਦਿਨ ਚੱਲ ਰਹੇ ਹਨ, 1 ਜੂਨ ਤੋਂ ਤੀਸਰਾ ਸ਼ਹੀਦੀ ਘੱਲੂਘਾਰਾ ਹਫ਼ਤਾ ਆਰੰਭ ਹੋ ਚੁੱਕਾ ਹੈ। ਇਹ ਸ਼ਹੀਦੀ ਘੱਲੂਘਾਰੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਬਾਬਾ ਅਮਰਜੀਤ ਸਿੰਘ ਜੀ ਦੇ ਸੇਵਕ ਸਿੰਘਾਂ ਨੇ ਮਹਾਂਪੁਰਖਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਮਹਾਨ ਸ਼ਹੀਦੀਆਂ ਉੱਥੇ ਦਿੱਤੀਆਂ। ਸਾਧ ਸੰਗਤ ਜੀ, ਬਾਬਾ ਜੀ ਬੜੀ ਪਰਉਪਕਾਰੀ ਆਤਮਾ ਸਨ, ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਜੁੜੇ ਹੋ। ਉਹਨਾਂ ਨੇ ਲੰਗਰਾਂ ਦੀ ਬੜੀ ਵੱਡੀ ਸੇਵਾ ਕੀਤੀ ਹੈ। ਵਿਦਿਅਕ ਅਦਾਰੇ ਇਸ ਇਲਾਕੇ ਵਿੱਚ ਉਹਨਾਂ ਨੇ ਕਾਇਮ ਕੀਤੇ। ਅੱਗੇ ਆਪਣੇ ਦੋਨੋਂ ਹੀ ਭਟੰਗੀ ਪੰਥ ਦੀ ਸੇਵਾ ਵਿੱਚ ਹਮੇਸ਼ਾ ਲਈ ਸਮਰਪਿਤ ਕਰ ਦਿੱਤੇ। ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਸੰਤ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ, ਸੰਸਾਰ ਭਰ ਦਾ ਸਿੱਖ ਅੱਜ ਇਹਨਾਂ ਨੂੰ ਹਰ ਮਾਈ ਭਾਈ ਇੰਨਾ ਸੁਨੇਹ ਦਿੰਦਾ ਔਰ ਇੰਨੀ ਕਿਰਪਾ ਸਤਿਗੁਰੂ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿ ਸੰਸਾਰ ਭਰ ਵਿੱਚ ਹਰ ਵੱਡੀ ਤੋਂ ਵੱਡੀ ਸਟੇਜ 'ਤੇ ਸੰਗਤਾਂ ਇਹਨਾਂ ਦੀ ਬਹੁਤ ਵੱਡੀ ਚਾਅ ਨਾਲ ਹਮੇਸ਼ਾ ਮੰਗ ਰੱਖਦੀਆਂ ਹਨ। ਵਿਦੇਸ਼ਾਂ ਵਿੱਚ ਵੀ, ਦੇਸ਼ ਵਿੱਚ ਵੀ ਕਥਾ ਪ੍ਰਚਾਰ ਇਹਨਾਂ ਦੇ ਰਾਹੀਂ ਸੁਣ ਕੇ ਬਹੁਤ ਸੰਗਤਾਂ ਦੇ ਅੰਦਰ ਚਾਅ ਪੈਦਾ ਹੁੰਦਾ। ਖਾਸ ਕਰਕੇ ਨੌਜਵਾਨ ਪੀੜ੍ਹੀ ਵੀ ਇਹਨਾਂ ਦੀ ਬਹੁਤ ਜ਼ਿਆਦਾ ਮੁਰੀਦ ਹੈ। ਸੋ ਸਾਧ ਸੰਗਤ ਜੀ ਆਪਣੇ ਵੱਡੇ ਸਪੁੱਤਰ ਵੀ ਕੌਮ ਦੀ ਸੇਵਾ ਵਿੱਚ ਲਾਏ ਔਰ ਛੋਟੇ ਸਪੁੱਤਰ ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ ਜੋ ਜਥੇਬੰਦੀ ਦਮਦਮੀ ਟਕਸਾਲ ਵਿੱਚ ਰਹਿ ਕੇ ਬੜੀ ਭਾਰੀ ਹਰ ਤਰ੍ਹਾਂ ਕਰਕੇ ਸੇਵਾ ਕਰ ਰਹੇ ਹਨ। ਸੋ ਸਾਧ ਸੰਗਤ ਜੀ, ਮੈਂ ਸਮਾਂ ਨਾ ਜ਼ਿਆਦਾ ਲਵਾਂ। ਐਸੇ ਮਹਾਨ ਮਹਾਂਪੁਰਖ ਸਨ, ਪਰਉਪਕਾਰੀ ਔਰ ਹਮੇਸ਼ਾ ਗੁਰੂ ਘਰ ਦੀ ਪੰਥ ਦੀ ਸੇਵਾ ਕਰਨ ਵਾਲੇ। ਅੱਜ ਉਹਨਾਂ ਦੀ ਸਾਲਾਨਾ ਯਾਦ ਆਪਾਂ ਮਨਾ ਰਹੇ ਹਾਂ। ਇਸ ਮੌਕੇ 'ਤੇ ਮੈਂ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਾਲੇ, ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ, ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਵਾਲੇ ਪਹੁੰਚ ਰਹੇ ਹੈ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਜਗਸੀਰ ਸਿੰਘ ਜੀ ਮਾਂਗੇਆਣਾ ਔਰ ਮਹਾਨ ਸ਼ਹੀਦਾਂ ਦਾ ਪਰਿਵਾਰ, ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਜੀ ਅਗਵਾਨ, ਇਸ ਤੋਂ ਇਲਾਵਾ ਸੰਤ ਬਾਬਾ ਸੋਹਣ ਸਿੰਘ ਜੀ ਅਰਨੀ ਵਾਲੇ ਅਤੇ ਵਿਸ਼ੇਸ਼ ਤੌਰ 'ਤੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਨਮਾਨਯੋਗ ਸਪੁੱਤਰ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ ਕਨੇਡਾ ਤੋਂ, ਭਾਈ ਸਰਬਜੀਤ ਸਿੰਘ ਜੀ ਢਿੱਲੋਂ, ਭਾਈ ਮਨਤੀਰ ਸਿੰਘ ਜੀ ਢਿੱਲੋਂ, ਭਾਈ ਹੀਰਾ ਸਿੰਘ ਜੀ, ਇਸੇ ਤਰ੍ਹਾਂ ਅਮੈਰੀਕਾ 'ਚੋਂ ਭਾਈ ਮੇਜਰ ਸਿੰਘ ਜੀ, ਹੋਰ ਬੇਅੰਤ ਸ਼ਹੀਦ ਪਰਿਵਾਰ ਵੀ, ਕੌਮੀ ਸ਼ਖਸੀਅਤਾਂ ਵੀ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਰਹੀਆਂ ਹਨ।
ਔਰ ਸ਼੍ਰੋਮਣੀ ਕਮੇਟੀ ਦੇ ਬੜੇ ਪ੍ਰਸਿੱਧ ਪ੍ਰਚਾਰਕ ਮਹਾਨ ਵਿਦਵਾਨ ਗਿਆਨੀ ਸਰਬਜੀਤ ਸਿੰਘ ਦੀ ਢੋਟੀਆਂ ਉਹ ਵੀ ਹਾਜ਼ਰੀ ਭਰ ਰਹੇ ਹੈ। ਸੋ ਸਾਧ ਸੰਗਤ ਜੀ ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਸੋ ਪਰਸੋਂ ਨੂੰ 6 ਜੂਨ ਨੂੰ ਮਹਾਂਪੁਰਖਾਂ ਦਾ ਔਰ ਜੂਨ 84 ਦੇ ਸ਼ਹੀਦਾਂ ਦਾ ਮਹਾਨ ਘੱਲੂਘਾਰਾ ਸ਼ਹੀਦੀ ਦਿਹਾੜਾ ਬੜੇ ਚਾਅ ਨਾਲ ਉਤਸ਼ਾਹ ਨਾਲ ਸੰਗਤਾਂ ਮਨਾ ਰਹੀਆਂ ਹਨ। ਮੈਂ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਮੀਡੀਆ ਦੇ ਵਿੱਚ ਕਿ ਅੰਮ੍ਰਿਤ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ 8 ਵਜੇ ਅਰਦਾਸ ਹੁੰਦੀ ਹੈ। ਪਹਿਲਾਂ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਹਨ। ਕਈ ਲੋਕ ਜਾਣ ਬੁੱਝ ਕੇ ਬੜਾ ਕੂੜ ਦਾ ਪ੍ਰਚਾਰ ਕਰਦੇ ਹੈ, ਅਖੇ ਜੀ ਮਹਿਤੇ ਨਾ ਜਾਓ, ਉੱਥੇ ਘੱਲੂਘਾਰਾ ਮਨਾਉਣ ਦਾ ਕੋਈ ਅਰਥ ਨਹੀਂ। ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਮਹਿਤੇ ਤਾਂ ਸ਼ਹੀਦੀ ਘੱਲੂਘਾਰਾ ਉਦੋਂ ਤੋਂ ਮਨਾਇਆ ਜਾ ਰਿਹਾ ਜਦੋਂ ਸਿੱਖ ਜਗਤ ਵਿੱਚ ਕਿਸੇ ਨੇ ਵੀ ਨਹੀਂ ਮਨਾਉਣਾ ਅਜੇ ਸ਼ੁਰੂ ਕੀਤਾ ਸੀ। 6 ਜੂਨ ਨੂੰ ਹੀ ਜਿਸ ਦਿਨ ਹਰਿਮੰਦਰ ਸਾਹਿਬ 'ਤੇ ਜਿਹੜੇ ਦਿਨਾਂ ਵਿੱਚ ਹਮਲਾ ਹੋਇਆ, ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨੇ 6 ਜੂਨ 1984 ਵਿੱਚ ਉਸੇ ਦਿਨ ਹੀ ਫੌਜ ਦੀ ਘੇਰਾਬੰਦੀ ਸੀ ਹੈੱਡਕੁਆਟਰ ਨੂੰ ਪੂਰਨ ਰੂਪ ਵਿੱਚ, ਜਿਹੜੇ ਅੰਦਰ ਸਿੰਘ ਸਨ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਅੱਜ ਹੀ ਦਰਬਾਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਰੱਖੋ। ਔਰ ਬਾਅਦ ਦੁਪਹਿਰ ਉਸ ਦਿਨ ਸਾਧ ਸੰਗਤ ਜੀ ਅਖੰਡ ਪਾਠ ਸਾਹਿਬ ਰੱਖ ਕੇ 8 ਜੂਨ 1984 ਵਿੱਚ ਹੀ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਯਾਦ ਮਨਾਈ ਗਈ। ਉਦੋਂ ਤਾਂ ਪੰਥ ਵਿੱਚ ਕਿਸੇ ਨੇ ਵੀ ਅਜੇ ਘੱਲੂਘਾਰਾ ਨਹੀਂ ਮਨਾਇਆ ਸੀ ਅਤੇ ਦਮਦਮੀ ਟਕਸਾਲ ਦੇ ਹੈੱਡਕੁਆਟਰ 'ਤੇ 8 ਜੂਨ ਨੂੰ ਅਰਦਾਸ ਕਰਕੇ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਸ਼ਹੀਦਾਂ ਦਾ ਘੱਲੂਘਾਰਾ ਮਨਾਉਣਾ ਸ਼ੁਰੂ ਕੀਤਾ। ਇਸ ਕਰਕੇ ਮੈਂ ਬੇਨਤੀ ਕਰਦਾ ਸ਼੍ਰੀ ਅਕਾਲ ਤਖਤ ਸਾਹਿਬ ਵੀ ਆਪਾਂ ਸੁਬਹਾ ਸੁਬਹਾ ਹਾਜ਼ਰੀ ਭਰਨੀ ਹੈ, ਔਰ ਜੋ ਦਮਦਮੀ ਟਕਸਾਲ ਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ, ਉਹ ਉਹਨਾਂ ਸ਼ਹੀਦਾਂ ਦਾ ਆਪਣਾ ਘਰ ਹੈ। ਜੂਨ 84 ਦੇ ਸ਼ਹੀਦ ਮਹਿਤੇ ਵਿੱਚ ਹੀ ਰਹਿ ਕੇ ਗੁਰਮਤਿ ਦੀ ਵਿੱਦਿਆ ਪ੍ਰਾਪਤ ਕਰਦੇ ਰਹੇ, ਔਰ ਉਹਨਾਂ ਸ਼ਹੀਦਾਂ ਦੀ ਉਹ ਕਰਮ ਭੂਮੀ ਹੈ ਜਿੱਥੇ ਰਹਿ ਕੇ ਉਹਨਾਂ ਨੇ ਦਮਦਮੀ ਟਕਸਾਲ ਵਿੱਚੋਂ ਗੁਰਮਤਿ ਦੀ ਵਿੱਦਿਆ ਪ੍ਰਾਪਤ ਕੀਤੀ, ਔਰ ਜਿਹੜਾ ਧਰਮ ਯੁੱਧ ਮੋਰਚਾ ਵੀ ਆਰੰਭ ਕੀਤਾ ਸੰਤਾਂ ਨੇ ਉਹ ਮਹਿਤੇ ਤੋਂ ਜਾ ਕੇ ਹੀ ਆਰੰਭ ਕੀਤਾ ਸੀ। ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਹਮੇਸ਼ਾ ਇਹ ਗੱਲ ਕਿਹਾ ਕਰਦੇ ਸਨ, ਉਹਨਾਂ ਦੇ ਮੁਖਾਰ ਬਿੰਦ ਤੋਂ ਬਚਨ ਹੈ ਕਿ ਜਦੋਂ ਮੈਂ ਸ਼ਹੀਦ ਹੋ ਜਾਵਾਂ, ਜਿੱਥੋਂ ਦੀ ਸੰਗਤ ਲੰਘਦੀ ਹੈ ਆਪਣੇ ਚਰਨ ਲੈ ਕੇ, ਉੱਥੇ ਮਹਿਤੇ ਗੁਰਦੁਆਰੇ ਦੀ ਚਰਨ ਗੰਗਾ ਕੋਲੇ ਮੇਰਾ 2 ਫੁੱਟ ਦਾ ਨਿਸ਼ਾਨ ਸਾਹਿਬ ਲਾ ਦਿਓ, ਹੋਰ ਕੋਈ ਮੇਰੀ ਯਾਦਗਾਰ ਨਹੀਂ ਬਣਾਉਣੀ। ਮਹਿਤੇ ਲਈ ਉਹਨਾਂ ਦੇ ਬਚਨ ਹੈ, ਉਹ ਤਾਂ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਹੋਈ, ਤਰਸ ਹੋਇਆ ਸਤਿਗੁਰਾਂ ਦੇ ਚਰਨਾਂ ਵਿੱਚ ਉਹਨਾਂ ਦੀ, ਅਤੇ ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਬਣੀ ਹੈ। ਸਾਰੇ ਪੰਥ ਨੇ ਸੇਵਾ ਕੀਤੀ ਹੈ, ਪਰ ਮੈਂ ਇਹ ਜ਼ਿਕਰ ਤਾਂ ਕਰਦਾ ਕਿ ਜਿਹੜੇ ਲੋਕਾਂ ਨੂੰ ਮਹਿਤੇ ਸ਼ਹੀਦੀ ਦਿਹਾੜਾ ਮਨਾਉਣ ਦੀ ਤਕਲੀਫ ਹੈ,
ਜਦੋਂ ਪੰਥ ਲਈ ਟਿਕਟਾਂ ਲਈਆਂ ਐਮ ਪੀ ਬਣੇ ਉਦੋਂ ਵੀ ਮੈਂ ਇੱਥੇ ਮਿਲਿਆ ਸਾਰਾ ਕੁਛ ਇਹਨਾਂ ਨੂੰ ਔਰ ਜਦੋਂ ਪੰਥ ਵਿੱਚ ਲੀਡਰ ਬਣੇ ਉਦੋਂ ਵੀ ਮੈਂ ਇੱਥੇ ਤੋਂ ਸਰੋਪੇ ਲੈ ਕੇ ਬਣਦੇ ਰਹੇ ਜਦੋਂ ਜੇਲ੍ਹ ਵਿੱਚ ਬੈਠੇ ਦੁੱਖ ਚੱਲਦੇ ਸਨ ਰੋਜ਼ਾਨਾ ਮੈਂ ਇੱਥੇ ਇਹਨਾਂ ਦੀਆਂ ਅਰਦਾਸਾਂ ਹੁੰਦੀਆਂ ਸਨ ਮੈਂ ਇੱਥੇ ਇਹਨਾਂ ਦੇ ਖੰਡ ਪਾਠ ਹੁੰਦੇ ਸਨ ਉਦੋਂ ਮਹਿਤੇ ਤੋਂ ਤੁਹਾਨੂੰ ਕੋਈ ਤਕਲੀਫ ਨਹੀਂ ਹੋਈ ਅੱਜ ਮਹਿਤੇ ਤੋਂ ਬੜਾ ਤੁਹਾਨੂੰ ਦੁੱਖ ਲੱਗਦਾ ਸਮਝਣ ਵਾਲਿਆਂ ਨੇ ਸਮਝ ਜਾਣਾ ਸੋ ਖਾਲਸਾ ਜੀ ਮੈਂ ਤਾਂ ਉੱਥੋਂ ਦਾ ਝਾੜੂ ਬਰਦਾਰ ਹੈ ਉਹ ਜਿਹੜਾ ਮਹਿਤਾ ਹੈੱਡਕੁਆਟਰ ਹੈ ਉਹ ਦਮਦਮੀ ਟਕਸਾਲ ਦਾ ਹੈੱਡਕੁਆਟਰ ਹੈ ਦਮਦਮੀ ਟਕਸਾਲ ਦੇ ਉਹਨਾਂ ਸ਼ਹੀਦਾਂ ਦਾ ਘਰ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਸ਼ਹੀਦੀਆਂ ਦਿੱਤੀਆਂ ਇਸ ਕਰਕੇ ਉਹਨਾਂ ਸ਼ਹੀਦਾਂ ਦੀ ਯਾਦ ਉਹਨਾਂ ਦੇ ਘਰ ਵਿੱਚ ਮਨਾਉਣੀ ਬੜੀ ਲਾਜ਼ਮੀ ਹੈ ਔਰ ਸਦਾ ਹੀ ਮਨਾਈ ਜਾਂਦੀ ਰਹੇਗੀ ਇਹਨਾਂ ਲੋਕਾਂ ਦੇ ਗੁੰਮਰਾਹਕੁੰਨ ਪ੍ਰਚਾਰ ਦਾ ਅਸਰ ਨਹੀਂ ਆਪਾਂ ਆਪਣੇ ਉੱਤੇ ਕਬੂਲਣ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਆਪਾਂ ਰਤੀ ਭਰ ਵੀ ਪਰਵਾਹ ਨਹੀਂ ਕਰਨੀ ਇਸ ਕਰਕੇ 6 ਜੂਨ ਨੂੰ ਹੁੰਮ ਹਮਾ ਕੇ ਸਾਰੇ ਇਲਾਕੇ ਵਿੱਚੋਂ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪਹੁੰਚ ਕੇ ਉਹਨਾਂ ਸ਼ਹੀਦੀ ਸਮਾਗਮਾਂ ਵਿੱਚ ਆਪਾਂ ਹਾਜ਼ਰੀਆਂ ਭਰਨੀਆਂ ਇਸ ਇਲਾਕੇ ਵਿੱਚੋਂ ਬਹੁਤ ਹੀ ਸਨਮਾਨਯੋਗ ਸੰਤ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ ਉਹਨਾਂ ਦੀ ਅਗਵਾਈ ਵਿੱਚ ਗੱਡੀਆਂ ਦਾ ਕਾਫਲਾ ਜਾਏਗਾ ਜਿਨ੍ਹਾਂ ਸੰਗਤਾਂ ਨੂੰ ਵੱਖ ਵੱਖ ਇਲਾਕਿਆਂ ਵਿੱਚ ਲੋੜ ਹੋਵੇ ਉਹ ਬਾਬਾ ਜੀ ਨਾਲ ਸੰਪਰਕ ਕਰਨ ਅਤੇ ਉਹਨਾਂ ਲਈ ਥਾਂ ਥਾਂ ਗੱਡੀਆਂ ਦਾ ਇੰਤਜ਼ਾਮ ਕਰ ਦਿੱਤਾ ਜਾਏਗਾ ਸੋ ਇਹ ਬੇਨਤੀਆਂ ਸਾਰੀ ਸੰਗਤ ਨੇ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।